नेशनल चाइल्ड लेबर प्रोजेक्ट के अधीन सूबे दे विच पिछले 22 सालों तो चल रहे स्कूलों नू केंद्र सरकार वालों सर्व सिक्ख्या अभियान विच मर्ज कर दिता गया, जिसनू लैके अज इस प्रोजेक्ट के बंद हो जाण दे नाल कई अध्यापक बेरोजगार हो गए। टीचरां वालों जलंधर के डीसी दफ्तर के बाहर धरना दिता गया। यह धरना इन्हां दे वालों इसलिए लगाया गया है कि बीते दिन अनुशासन दिता गया सी कि जलंधर के डीसी घनश्याम थोरी उन्हां दी मंगां नूं लैके कुछ करनगे, लेकिन अज जदों ये जलंधर के डीसी घनश्याम थोरी नूं मिलण आए तो वह इन्हां नूं नहीं मिली, जिसके रोस वजो इन्होंने जलंधर के डीसी दफ्तर के बाहर का रोड पूरी तरीके जाम कर दिता और रोस मुजहरा किया गया। नाल ही डिमांड की गई कि पिछले 18 महीनों की तनखा दी जाए और प्रोजेक्ट दोबारा शुरू किया जाए और होर इसते धरना दे रहे टीचर का की कहना सी, आओ सुनते हैं। प्रोटेस्ट हो रहा है, दस दो माड़ा जहाँ ਅੱਜ ਪ੍ਰੋਟੈਸਟ ਕੀਤੇ ਹੈ ਤੁਹਾਡੇ ਵੱਲੋਂ ਹੋ ਰਿਹਾ ਹੈ, ਜਾਣਕਾਰੀ ਦਿੱਤੀ। ਦੇਖੋ ਜੀ, ਸਾਡੀ 27 ਮਹੀਨੇ ਦੀ ਤਨਖਾਹ ਹੈ, ਅਸੀਂ ਸਿਰਫ ਉਹ ਹੀ ਮੰਗ ਰਹੇ ਹਾਂ ਕਿ ਸਾਡੀ 27 ਮਹੀਨੇ ਦੀ ਤਨਖਾਹ ਸਾਨੂੰ ਦਿੱਤੀ ਜਾਏ। 9 ਮਹੀਨੇ ਦੀ 13 14 ਦੀ ਹੈ, ਹੁਣ ਤੁਸੀਂ ਦੇਖਿਓ ਹੁਣ ਇੰਦਰ ਜੀ ਸਰ ਗਏ ਹੈ, ਜਿਹੜੇ ਉਹਨਾਂ ਨੇ ਤੁਹਾਡੇ ਨਾਲ ਗੱਲ ਕਰਨ ਨੂੰ ਸ਼ਰਮ ਮਨਾ ਕਰਤਾ, ਉਹਨਾਂ ਦੇ ਟਾਈਮ ਵੀ ਹੈ ਤੇ ਹੁਣ ਸਾਡੀ ਕਰੇਕਟ 18 ਮਹੀਨੇ ਦੀ ਸ਼ਰਮ ਹੈ। ਜੇ ਸਾਡੀ ਕਿਸੇ ਵੀ ਟੀਚਰ ਨੂੰ ਕੁਝ ਹੋਇਆ ਇੰਨੀ ਗਰਮੀ 'ਚ, ਤੇ ਪ੍ਰਸ਼ਾਸਨ ਪਲੱਸ NGO ਪਲੱਸ ਸਾਡੇ ਫੀਲਡ ਅਫਸਰ ਜ਼ਿੰਮੇਵਾਰ ਹੋਊਗੇ ਇਸ ਗੱਲ ਦੇ। ਪ੍ਰਸ਼ਾਸਨ ਸ਼ੌਕ ਨਹੀਂ, ਅਸੀਂ ਸੜਕ 'ਤੇ ਬੈਠੀਏ। पूरे जलंधर च हुण सरकार ने बिना सानू नोटिस दिते कुछ भी के पिछले एक साल तो बंद करता है प्रोजेक्ट, और ऑन दी टॉप साडी 27 महीने की सैलरी इन्हां कोल पेंडिंग पई हुई है, और एक साल साढ़े तो स्कूल चला के बच्चों मिड डे मील दे के हुण सानू लैटर पाती है कि 31 मार्च 2021 तो स्कूल बंद हो गए हैं, मतलब प्रोजेक्ट शटडाउन कर दिया गया, इहनू या तां मर्ज कर दिता गया सानू नहीं पता, तो साडी 27 महीने की तनखा है साडी इहनां कोल, ਜਿਹੜੀ ਕਿ ਬੜੀ ਛੋਟੀ ਜੀ ਸੈਲਰੀ ਹੈ। ਮੈਡਮ ਕੁਝ ਦਿਨ ਪਹਿਲੇ ਵੀ ਤੁਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ। ਹਾਂਜੀ, ਡੀਸੀ ਸਾਹਿਬ ਨੂੰ ਵੀ, ਕਿਉਂਕਿ ਡੀਸੀ ਸਾਹਿਬ ਇਸ ਪ੍ਰੋਜੈਕਟ ਦੇ ਚੇਅਰਮੈਨ ਨੇ ਤੇ SDM ਸਾਹਿਬ ਮਿਸਟਰ ਹਰਪ੍ਰੀਤ ਅਟਵਾਲ ਜੀ ਨੇ ਆ ਕੇ ਸਾਨੂੰ ਕਿਹਾ ਸੀ ਤੁਸੀਂ ਮੈਨੂੰ ਇੱਕ ਹਫ਼ਤੇ ਦਾ ਟਾਈਮ ਦਿਓ, ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ, ਸਾਨੂੰ ਇੱਥੋਂ ਦੀ ਉਠਾ ਗਏ ਸੀ। ਸ਼ੁੱਕਰਵਾਰ ਦਾ ਟਾਈਮ ਅਸੀਂ ਫਰਾਈਡੇ ਉਹਨਾਂ ਕੋਲ ਆਏ ਹਾਂ ਤੇ ਉਹ ਕਹਿੰਦੇ ਸੀ ਉਹ ਕਿਤੇ ਗਏ ਹੋਏ ਨੇ ਆਦਮਪੁਰ, ਕੋਈ ਕੰਮ ਹੈਗਾ, ਉਹਨਾਂ ਨੇ 2:30 ਵਜੇ ਤੱਕ ਆਉਣਾ ਹੈ। ਉਸ ਤੋਂ ਬਾਅਦ ਅਸੀਂ ਕਿਹਾ ਤੁਸੀਂ ਮੰਡੇ ਨੂੰ ਆਉਣਾ, ਉਹਨਾਂ ਦੇ ਜਿਹੜੇ PA ਵਗੈਰਾ ਜੋ ਵੀ ਆਫਿਸ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ। ਹੁਣ ਅਸੀਂ 10 ਵਜੇ ਦੇ ਆ ਕੇ ਖੜੇ ਹਾਂ ਅਤੇ ਉਹਨਾਂ ਨੂੰ ਮੈਂ ਕਾਲ ਕੀਤੀ, ਉਹ ਕਹਿੰਦੇ ਕਿ ਮੈਂ ਬਿਜ਼ੀ ਹਾਂ, ਮੈਂ 2:30 ਤੋਂ ਪਹਿਲਾਂ ਨਹੀਂ ਆ ਸਕਦਾ। ਮੈਂ ਕਿਹਾ ਸਰ ਅਸੀਂ ਫਿਰ ਸੜਕ 'ਤੇ ਜਾ ਰਹੇ ਹਾਂ, ਕਹਿੰਦੇ ਤੁਹਾਡੀ ਮਰਜ਼ੀ ਤੁਹਾਡੀ ਖੁਸ਼ੀ। ਤੇ ਮੈਡਮ ਜੇ ਜਿਸ ਤਰ੍ਹਾਂ ਕਿ ਤੁਹਾਡੇ ਪ੍ਰੋਜੈਕਟ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਡਿਲੇ ਹੋ ਰਿਹਾ ਵਾ, ਲੇਟ ਹੋ ਰਿਹਾ ਵਾ, ਤੇ ਜੇ ਹੁਣ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਤੇ ਆਪਣਾ ਕੀ ਐਕਸ਼ਨ ਹੈ? ਦੇਖੋ ਅਸੀਂ ਜੀ ਚੰਡੀਗੜ੍ਹ ਦਿੱਲੀ ਗਏ ਸੀਗੇ, ਉੱਥੇ ਐਡਵੋਕੇਟ ਅਸ਼ੋਕ ਅਗਰਵਾਲ ਜੀ ਨੇ ਜਿਹੜੇ ਇਹ ਕੇਸਿਸ ਦੇਖਦੇ ਆ ਸਕੂਲਾਂ ਦੇ, ਅਸੀਂ ਉਹਨਾਂ ਨਾਲ ਗੱਲ ਕਰਕੇ ਆਈਆਂ, ਬਕਾਇਦਾ ਸਾਡੀ ਉਹਨਾਂ ਨਾਲ ਸਾਡੀ ਵੀਡੀਓ ਰਿਕਾਰਡਿੰਗ ਹੈਗੀ ਹੈ, ਤੁਸੀਂ ਰਿਕਾਰਡਿੰਗ ਚੈੱਕ ਕਰ ਸਕਦੇ ਹੋ। ਉਹਨਾਂ ਨੇ ਕੁਝ ਡਾਕੂਮੈਂਟਸ ਮੰਗਵਾਏ ਆ, ਅਸੀਂ ਉਹਨਾਂ ਨੂੰ ਡਾਕੂਮੈਂਟਸ ਭੇਜਾਂਗੇ, ਦੇਖ ਅੱਗੇ ਉਹ ਕੀ ਕਰਦੇ ਆ, ਉਹ ਜਾਣਦੇ ਨੇ ਟੈਕਨੀਕਲ ਗੱਲਾਂ, ਐਡਵੋਕੇਟ ਸਾਹਿਬ ਨੂੰ ਜ਼ਿਆਦਾ ਪਤਾ, ਸਾਨੂੰ ਤਾਂ ਨਹੀਂ ਪਤਾ ਟੈਕਨੀਕਲ ਗੱਲਾਂ ਬਾਰੇ। ਤੇ ਅੱਜ ਤੁਸੀਂ ਮੈਡਮ ਕਦੋਂ ਤੱਕ ਧਰਨਾ ਦਿਓਗੇ? ਦੇਖਦੇ ਹਾਂ, ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਦੋਂ ਤੱਕ ਅਸੀਂ ਬੈਠੇ ਹਾਂ। ਤੇ ਜੇ ਪੁਲਿਸ ਪ੍ਰਸ਼ਾਸਨ ਨੇ ਜਾਂ ਪ੍ਰਸ਼ਾਸਨ ਨੇ ਤੁਹਾਨੂੰ ਉਠਾਤਾ ਫਿਰ? ਨਹੀਂ, ਪੁਲਿਸ ਪ੍ਰਸ਼ਾਸਨ ਕਿਉਂ ਉਠਾਏਗੀ, ਸਾਡੀ 27 ਮਹੀਨੇ ਦੀ ਤਨਖਾਹ ਦੇ ਦਿਓ, ਅਸੀਂ ਉੱਠ ਜਾਂਦੇ ਹਾਂ, ਸਾਨੂੰ ਕੋਈ ਸ਼ੌਕ ਥੋੜ੍ਹੀ ਹੈ ਸੜਕਾਂ 'ਤੇ ਬੈਠਣ ਦਾ। ਧੁੱਪ 'ਚ ਇੰਨੀ ਕਿੰਨੀ ਗਰਮੀ ਆ, ਅਸੀਂ ਉਦੋਂ ਦੇ ਉਸ ਦਿਨ ਤਾਂ ਬਿਮਾਰ ਹੋਏ ਹੋਏ ਹਾਂ ਸਾਰੇ, ਉਹਦੇ ਬਾਵਜੂਦ ਵੀ ਅਸੀਂ ਆਏ ਹਾਂ, ਕਿਉਂਕਿ ਸਾਡੀ 27 ਮਹੀਨੇ ਅਸੀਂ ਆਪਣਾ ਘਰ ਬਾਰ ਛੱਡ ਕੇ ਆਏ ਹਾਂ। ਮੈਡਮ, ਇੱਕ ਭਗਵੰਤ ਮਾਨ ਜੀ ਨੇ ਭ੍ਰਿਸ਼ਟਾਚਾਰੀ ਸੰਬੰਧੀ ਕੋਈ ਹੋਵੇ ਜਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਤੁਸੀਂ ਉਸ ਨੰਬਰ 'ਤੇ ਮੈਸੇਜ ਪਾ ਸਕਦੇ? ਅਸੀਂ ਆਪ ਤੇ ਕਿਸੇ MLA ਕੋਲ ਗਏ ਸੀ, MLA ਸਾਹਿਬ ਕੋਲ ਗਏ ਸੀ, ਹੁਣ ਵੀ ਸਾਡੀਆਂ ਟੀਚਰਸ, ਉਹ ਕਹਿੰਦੇ ਜੀ ਇਹ ਸੈਂਟਰ ਗੌਰਮੈਂਟ ਦਾ ਪ੍ਰੋਜੈਕਟ ਹੈ ਅਤੇ ਇਹਦਾ ਪੰਜਾਬ ਗੌਰਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਇਹ ਸਕੂਲ ਤਾਂ ਪੰਜਾਬ ਗੌਰਮੈਂਟ ਦੇ ਅੰਡਰ ਹੀ ਚੱਲ ਰਿਹਾ ਨਾ, ਮਿਡ ਡੇ ਮੀਲ ਤਾਂ ਪੰਜਾਬ ਗੌਰਮੈਂਟ ਤੋਂ ਹੀ ਆਉਂਦਾ ਨਾ, ਅਸੀਂ ਪੰਜਾਬ 'ਚ ਪੜ੍ਹਾ ਰਹੇ ਹਾਂ, ਅਸੀਂ ਕਿਹੜਾ ਬਾਹਰ ਪੜ੍ਹਾ ਰਹੇ ਹਾਂ, ਕਿਤੇ ਹਿੰਦੁਸਤਾਨ ਤੋਂ ਬਾਹਰ ਪੜ੍ਹਾ ਰਹੇ ਹਾਂ, ਹੈ ਤਾਂ ਪੰਜਾਬੀ ਹਿੰਦੁਸਤਾਨ 'ਚ ਹੈ ਨਾ, ਚਾਹੇ ਆਪ ਦੀ ਸਰਕਾਰ ਆਏ ਚਾਹੇ BJP ਆਏ ਚਾਹੇ ਕਾਂਗਰਸ ਆਏ। ਨਹੀਂ ਮੈਡਮ, ਮੇਰਾ ਸਵਾਲ ਸੀਗਾ ਤੁਸੀਂ ਭਗਵੰਤ ਮਾਨ ਜੀ ਦੇ ਜਿਹੜਾ ਨੰਬਰ ਜਾਰੀ ਕੀਤਾ ਸੀ ਹੈਲਪਲਾਈਨ ਨੰਬਰ, ਉਹਦੇ 'ਤੇ ਆਪਣੀ ਕੰਪਲੇਂਟ ਪਾਈ ਕਿ ਨਹੀਂ ਪਾਈ? ਜੀ ਨਹੀਂ, ਅਸੀਂ ਨਹੀਂ ਪਾਈ, ਅਸੀਂ MLA ਸਾਹਿਬ ਨੂੰ, ਆਪ ਦੇ MLA 2-3 ਨੂੰ ਮਿਲ ਚੁੱਕੇ ਆ, ਪਰ ਸਾਨੂੰ ਕੋਈ ਸਹੀ ਰਿਸਪੋਂਸ ਕਿਤੋਂ ਨਹੀਂ ਮਿਲਿਆ। ਕਿਹੜੇ ਕਿਹੜੇ MLA?